ਗਾ ਔਰ ਤੁਸੀਂ ਵੇਖਦੇ ਹੋ ਨਾ ਕਦੀ ਅੰਦਾਜ਼ਾ ਕਰੋ ਸੋਨਾ ਬੜਾ ਕੀਮਤੀ ਹੈ ਖੂਬਸੂਰਤ ਵੀ ਬੜਾ ਕੀਮਤੀ ਵੀ ਬੜਾ ਤੇ ਵੇਖੋ ਹਵਾਲਾ ਇਹ ਸੋਨਾ ਜਦ ਤੱਕ ਭੱਠੀਆਂ ਚ ਗਾਲਿਆ ਨਾ ਜਾਏ ਕਿਸੇ ਦੇ ਗਲੇ ਦਾ ਹਾਰ ਬਣਦਾ ਜਦ ਤੱਕ ਇਹਨੂੰ ਭੱਠੀਆਂ ਚ ਗਾਲਿਆ ਨਾ ਜਾਏ ਓਨੀ ਦੇਰ ਤੱਕ ਕਿਸੇ ਦੇ ਕੰਨਾਂ ਦੇ ਕਾਂਟੇ ਨਹੀਂ ਬਣਦੇ ਓਨੀ ਦੇਰ ਤੱਕ ਕਿਸੇ ਦੀ ਉਂਗਲੀ ਦੀ ਅੰਗੂਠੀ ਨਹੀਂ ਬਣਦੇ ਜਦ ਤੱਕ ਇਹਨੂੰ ਭੱਠੀਆਂ ਚੋਂ ਗੁਜ਼ਾਰਿਆ ਨਾ ਜਾਏ ਓਨੀ ਦੇਰ ਤੱਕ ਕਿਸੇ ਦੇ ਗਲੇ ਦੀ ਮਾਲਾ ਨਹੀਂ ਬਣਦੇ ਕਿਸੇ ਦੇ ਹੱਥਾਂ ਦੇ ਕੜੇ ਨਹੀਂ ਬਣਦੇ ਪਹਿਲਾਂ ਭੱਠੀਆਂ ਚੋਂ ਗੁਜ਼ਰਨਾ ਪੈਂਦਾ ਫਿਰ ਇੱਜ਼ਤ ਮਿਲਦੀ ਹੈ ਕਿਸੇ ਦੇ ਗਲੇ ਤੱਕ ਪਹੁੰਚਣ ਵਾਸਤੇ ਫਿਰ ਇੱਜ਼ਤ ਮਿਲਦੀ ਏ ਕਿਸੇ ਦੇ ਹੱਥਾਂ ਦੀ ਜ਼ੀਨਤ ਬਣਨ ਵਾਸਤੇ ਅੱਛਾ ਮਹਿੰਦੀ ਵੇਖੀ ਜੇ ਮਹਿੰਦੀ ਮਹਿੰਦੀ ਉਹ ਵੇਖੀ ਜੇ ਮਹਿੰਦੀ ਦੇ ਪੱਤੇ ਤੋੜ ਕੇ ਹੱਥ ਤੇ ਲਾ ਲਈਏ ਰੰਗ ਚੜ ਜਾਂਦਾ ਨਹੀਂ ਚੜਦਾ ਕਦੋਂ ਰੰਗ ਚੜਦਾ ਜਦੋਂ ਇਹਨਾਂ ਪੱਤਿਆਂ ਨੂੰ ਸੁਕਾਇਆ ਜਾਏ ਫਿਰ ਉਹਨਾਂ ਨੂੰ ਮਸ਼ੀਨਾਂ ਚ ਰਗੜਿਆ ਜਾਏ ਘੋਟਿਆ ਜਾਏ ਜਾਂ ਦੂਸਰੇ ਲਫ਼ਜ਼ਾਂ ਚ ਇੰਜ ਕਹਿ ਲਓ ਜਦੋਂ ਇਹਨਾਂ ਦੀ ਮੈਂ ਮਰ ਜਾ ਮੈਂ ਮਰ ਜਾ ਆ ਮੈਂ ਨੇ ਵੀ ਬੜੇ ਸਿਆਪੇ ਪਾਏ ਮੈਂ ਐਡਾ ਵੱਡਾ ਚੌਧਰੀ ਐਡਾ ਵੱਡਾ ਨੰਬਰਦਾਰ ਐਡਾ ਵੱਡਾ ਮੌਲਵੀ ਐਡਾ ਵੱਡਾ ਖਤੀਬ ਐਡਾ ਵੱਡਾ ਅਲਾਮਾ ਐਡਾ ਵੱਡਾ ਮੁਫਤੀ ਐਡਾ ਵੱਡਾ ਸ਼ਾਹ ਆ ਮੈਂ ਨੇ ਬੜਾ ਸਿਆਪਾ ਪਾਇਆ ਬਹੁਤੀ ਮੈਂ ਨਾ ਕਰਿਆ ਕਰੋ ਬਹੁਤੀ ਮੈਂ ਕਰਦੀ ਬੱਕਰੀ ਨੂੰ ਵੀ ਸਾਈ ਛੁਰੀ ਥੱਲੇ ਰੱਖ ਲੈਂਦੇ ਬਹੁਤੀ ਮੈਂ ਰੱਬ ਨੂੰ ਵੀ ਵਾਰਾ ਨਹੀਂ ਜੇ ਖਾਂਦੇ ਅੱਲਾ ਅੱਲਾ ਮਹਿੰਦੀ ਜਦੋਂ ਚੰਗੀ ਤਰ੍ਹਾਂ ਇਹਨੂੰ ਘੋਟਿਆ ਜਾਂਦਾ ਰਗੜਿਆ ਜਾਂਦਾ ਤੇ ਜਦੋਂ ਇਹਦੀ ਮੈਂ ਮਰ ਜਾ ਫਿਰ ਇਹਨੂੰ ਪੈਕਟਾਂ ਚ ਬੰਦ ਕੀਤਾ ਜਾਂਦਾ ਫਿਰ ਜਨਾ ਉੱਤੇ ਲੇਬਲ ਕੀ ਲੱਗਦਾ ਹੈ ਡਿਸਕੋ ਮਹਿੰਦੀ ਹੈ ਤੋਤਾ ਮਹਿੰਦੀ ਆ ਫਲਾਨੀ ਮਹਿੰਦੀ ਆ ਫਲਾਨੀ ਮਹਿੰਦੀ ਅਜ਼ਮਤ ਉਦੋਂ ਮਿਲਦੀ ਏ ਜਦੋਂ ਇਹਨੂੰ ਮਸ਼ੀਨਾਂ ਚ ਰਗੜਿਆ ਜਾਂਦਾ ਦੌਰਿਆਂ ਚ ਇਹਨੂੰ ਘੋਟਿਆ ਜਾਂਦਾ ਤੇ ਮੌਲਨਾ ਨੇ ਬੜੇ ਆਪਣੇ ਅੰਦਾਜ਼ ਚ ਤਰਜਮਾਨੀ ਕੀਤੀ ਏ ਫਰਮਾਉਂਦੇ ਨੇ ਆਜਸ ਮਹਿੰਦੀ ਸਭ ਦੁੱਖ ਸਹਿੰਦੀ ਆਜਸ ਮਹਿੰਦੀ ਸਭ ਦੁੱਖ ਸਹਿੰਦੀ ਮੁੜ ਤਲੀਆਂ ਤੇ ਚੜ ਬੈਂਦੀ ਤੇ ਤਨ ਮਨ ਚੀਰ ਚਰਾ ਕਰ ਕੰਗੀ ਉਹ ਤਦ ਜ਼ੁਲਫਾਂ ਵਿੱਚ ਵੈਂਦੀ ਰਗੜੇ ਖਾਂਦਾ ਸਭ ਦੁੱਖ ਸਹਿੰਦਾ ਰਗੜੇ ਖਾਂਦਾ ਸਭ ਦੁੱਖ ਸਹਿੰਦਾ ਤੇ ਸੁਰਮਾ ਦਰਦ ਰੰਜਾਨਾ ਜਿਸ ਘਰ ਕਿਸੇ ਨਹੀਂ ਚਾਤੀ ਪਾਈ ਇਹ ਉਸ ਘਰ ਕਰੇ ਠਿਕਾਨਾ ਫਰਮਾਦੇ ਨੇ ਟੋਪੀ ਆਜਸ ਸੀਵਨ ਵੇਲੇ ਪਹਿਲਾਂ ਇਹਨੂੰ ਕੈਂਚੀਆਂ ਨਾਲ ਕੱਟਿਆ ਜਾਂਦਾ ਇਹਨੂੰ ਫਿਰ ਸੂਈਆਂ ਨਾਲ ਸੀਤਾ ਜਾਂਦਾ ਇਹਨੂੰ ਫਿਰ ਮਸ਼ੀਨਾਂ ਚੋਂ ਗੁਜ਼ਾਰਿਆ ਜਾਂਦਾ ਫਿਰ ਜਾ ਕੇ ਇੱਜ਼ਤ ਮਿਲੀ ਏ ਯੂਸਫ ਲਾਹੌਰੀ ਸਾਹਿਬ ਦੇ ਸਿਰ ਤੇ ਆ ਗਈ ਫਿਰ ਇੱਜ਼ਤ ਮਿਲੀ ਏ ਇੱਜ਼ਤ ਫਿਰ ਮਿਲੀ ਏ ਕਾਲੂ ਸਾਹਿਬ ਦੇ ਸਿਰ ਤੇ ਆ ਗਏ ਹਾਫਜ਼ ਅਮੀਨ ਸਾਹਿਬ ਦੇ ਸਿਰ ਤੇ ਆ ਗਏ ਤੇ ਮੁਨੱਵਰ ਕਾਲੂ ਨੂੰ ਤੇ ਖੈਰ ਟੋਪੀ ਦੀ ਲੋੜ ਹੀ ਕੋਈ ਨਹੀਂ ਅੱਲਾਹ ਨੂੰ ਸਲਾਮਤ ਰੱਖੇ ਅੱਲਾਹ ਜ਼ੁਲ ਜਲਾਲ ਦੀ ਕਸਮ ਹੈ ਇਨਸਾਨ ਥੋੜਾ ਜਿਹਾ ਆਪਣੇ ਗਰੇਬਾਨ ਦੇ ਅੰਦਰ ਝਾਂਕੇ ਪਤਾ ਹੀ ਤਾਂ ਲੱਗਦਾ ਕਿ ਜਦੋਂ ਅੱਲਾਹ ਦੀ ਰਜ਼ਾ ਦੀ ਖਾਤਰ ਇਹਨਾਂ ਦੁੱਖਾਂ ਇਹਨਾਂ ਮੁਸੀਬਤਾਂ ਚੋਂ ਗੁਜ਼ਰਨਾ ਪੈਗਾ ਠੇਡੇ ਖਾਣੇ ਪੈਣਗੇ ਪਰੇਸ਼ਾਨੀਆਂ ਤੇ